ਵਸਾਉਣੀ ਆ ਹੁਣ ਤੇ ਡੰਡਾ ਕਾਇਮ ਚਾਹੀਦਾ। ਮਾਤਾ ਜਿੰਨਾ ਸਾਨੂੰ ਦੇਖ ਕੇ ਹੁਣ ਤੂੰ ਡਰੀ ਹੈ, ਸਾਡੀ ਧੀ ਨੂੰ ਹੱਥ ਲਾਉਣ ਤੋਂ ਪਹਿਲਾਂ ਇੱਦਾਂ ਡਰਨਾ ਚਾਹੀਦਾ ਸੀ ਤੈਨੂੰ? ਰਹਿੰਦੇ ਕੁੜੀਏ ਪਾਣੀ ਪੂਣੀ, ਅਸੀਂ ਪਾਣੀ ਨਹੀਂ ਪੀਣਾ, ਅਸੀਂ ਹੁਣ ਰਿਸ਼ਤਾ ਖਤਮ ਕਰਨ ਆਏ ਹਾਂ। ਤੁਸੀਂ ਮੇਰੀ ਫੁੱਲਾ ਦੀ ਭਤੀਜੀ ਦਾ ਹਾਲ ਕੀ ਕੀਤਾ? ਚੁੱਪ ਕਰ ਚੁੱਪ ਕਰ, ਹੁਣ ਤੇਰਾ ਰੋਣ ਦਾ ਟਾਈਮ ਨਹੀਂ, ਹੁਣ ਇਹਨਾਂ ਦੇ ਰੋਣ ਦਾ ਟਾਈਮ ਆ ਗਿਆ। ਪ੍ਰਧਾਨ ਜੀ ਹੁਣ ਸੋਚੀ ਕੀ ਪਏ ਹੋ? ਪਰਵਾਨਾ ਜੀ ਚਿੰਤਾ ਨਾ ਕਰੋ ਤੁਸੀਂ, ਜੇ ਹੁਣ ਤੁਸੀਂ ਮੈਨੂੰ ਲੈ ਕੇ ਆਏ ਹੋ ਨਾ ਤਾਂ ਦੇਖਣਾ ਇਹਨਾਂ ਦਾ ਹਾਲ ਕੀ ਕਰਦੇ। ਇਹਨਾਂ ਨੂੰ ਪਤਾ ਲੱਗੂਗਾ ਬਗਾਨੀ ਧੀ ਨੂੰ ਕਿਵੇਂ ਪਰੇਸ਼ਾਨ ਕਰੀਦਾ, ਇਹਨਾਂ ਦਾ ਤੇ ਉਹ ਹਾਲ ਕਰਾਂਗੇ, ਸਾਰਾ ਟੱਬਰ ਅੱਖਾਂ 'ਚ ਘਸੁੰਨ ਦੇ ਕੇ ਰਹੂਗਾ ਇਹ। ਹਾਂ ਬਈ ਤੂੰ ਦੱਸ ਗੱਲ ਕੀ ਹੋਈ ਸੀ ਤੇਰੀ ਕੁੜੀ ਨਾਲ? ਜਦੋਂ ਵੇਖੋ ਨਿੱਤ ਦਿਨ ਤੁਹਾਡਾ ਕੋਈ ਨਾ ਕੋਈ ਕਲੇਸ਼ ਦਾ ਸੁਨੇਹਾ ਮਿਲਦਾ ਰਹਿੰਦਾ ਮੈਨੂੰ। ਪ੍ਰਧਾਨ ਜੀ ਗੱਲ ਮੈਂ ਦੱਸਦੀ ਹਾਂ, ਇਹਨਾਂ ਨੇ ਕੀ ਦੱਸਣਾ ਤੁਹਾਨੂੰ? ਮੈਂ ਕਹਿੰਦੇ ਕਹਾਉਂਦੇ ਪੈਲਸ 'ਚ ਵਿਆਹ ਕੀਤਾ ਕੁੜੀ ਦਾ, 21 ਤਾਂ ਸੋਨੇ ਦੀਆਂ ਮੁੰਦੀਆਂ ਦੀ ਮੈਂ ਇਹਨਾਂ ਦੀ ਮਿਲਣੀ ਕਰਾਈ, ਲੱਲੀ ਛੱਲੀ ਦੀ ਵੀ ਇਹਨਾਂ ਨੇ ਮਿਲਣੀ ਕਰਾਈ, ਕੰਬਲ ਅਲੱਗ, ਮੈਂ ਕੋਈ ਕਸਰ ਨਹੀਂ ਛੱਡੀ ਹੈਗੀ, ਸਾਰਿਆਂ ਦਾ ਮਾਣ ਤਾਣ ਇਹਨਾਂ ਦੇ ਮੂੰਹੋਂ ਮੰਗਿਆ ਕੀਤਾ, ਦੇਣ ਲੈਣ ਦੀ ਕੋਈ ਕਸਰ ਨਹੀਂ ਛੱਡੀ ਹੈਗੀ, ਆ ਫੇਰ ਮੇਰੀ ਧੀ ਦਾ ਇਹ ਹਾਲ ਕਰਦੇ ਨੇ? ਆਹ ਨਾ ਗਵਾਂਢੀਆਂ ਨੂੰ ਦੇਖੋ ਦੇਖੀ, ਹੁਣ ਮੇਰੀ ਧੀ ਤੋਂ ਲਗਜ਼ਰੀ ਗੱਡੀ ਮੰਗਦੇ ਨੇ, ਇਹਨੂੰ ਨਿੱਤ ਨਵੇਂ ਤਾਨੇ ਦਿੰਦੇ, ਰੋਜ਼ ਇਹਨੂੰ ਤੰਗ ਕਰਦੇ ਆ ਗੱਡੀ ਪਿੱਛੇ। ਅੱਛਾ ਤੁਹਾਨੂੰ ਹੁਣ ਗੱਡੀ ਚਾਹੀਦੀ, ਉਹ ਵੀ ਵੱਡੀ ਗੱਡੀ, ਛੋਟੀ ਗੱਡੀ ਤੁਹਾਡਾ ਬਹਿਣ ਨੂੰ ਚਿੱਤ ਨਹੀਂ ਕਰਦਾ, ਕੋਨੇ ਤੁਹਾਨੂੰ ਭੇਜਦੇ ਆ ਵਰਦੀਆਂ ਵਾਲੇ ਆਣਗੇ, ਨਾਲ ਤੁਹਾਨੂੰ ਵੱਡੀ ਗੱਡੀ 'ਚ ਭਜਾ ਕੇ ਲਿਜਾਣਗੇ ਨਾ, ਨਾਲ ਬਿਠਾ ਕੇ ਤੁਹਾਡੀ ਸੁਰਤ ਲਿਆਉਣਗੇ ਟਿਕਾਣੇ, ਫੇਰ ਹੀ ਤੁਹਾਨੂੰ ਅਕਲ ਆਊਗੀ ਸਾਰੇ ਟੱਬਰ ਨੂੰ। ਕੁੜੀਏ ਤੈਨੂੰ ਹੁਣ ਡਰਨ ਦੀ ਲੋੜ ਕੋਨੀ, ਮੈਂ ਬੈਠਾ ਨਾ ਇੱਥੇ, ਹੁਣ ਤੂੰ ਮੈਨੂੰ ਆਪਣੇ ਮੂੰਹੋਂ ਦੱਸ ਵੀ ਉਦਣ ਤੇਰਾ ਇੰਨਾ ਮਾੜਾ ਹਾਲ ਇਹਨਾਂ ਨੇ ਕੀ ਕੀਤਾ, ਉਦਣ ਗੱਲ ਕੀ ਹੋਈ ਸੀ ਤੁਹਾਡੇ ਘਰ 'ਚ ਇੱਥੇ? ਹੁਣ ਤੂੰ ਚੁੱਪ ਨਾ ਕਰ, ਚਿੰਤਾ ਕਰਨ ਦੀ ਕੋਈ ਲੋੜ ਨਹੀਂ, ਮੈਂ ਇੱਥੇ ਬੈਠਾ ਵਾਂ, ਤੇਰੀ ਸੱਸ ਨੇ ਤੇਰੀ ਨਨਾਣ ਨੇ ਤੇਰੇ ਨਾਲ ਕੀ ਵਰਤਾਰਾ ਕੀਤਾ ਸਾਰਾ ਤੂੰ ਮੈਨੂੰ ਦੱਸ ਆਪਣੇ ਮੂੰਹੋਂ। ਭਾਬੀ ਤੂੰ ਠੀਕ ਨੀ, ਤੂੰ ਆਰਾਮ ਕਰ ਲਾ, ਮੈਂ ਆਈ ਹੋਈ ਹਾਂ, ਮੈਂ ਆਪੇ ਸਾਰਾ ਘਰ ਦਾ ਕੰਮ ਕਰ ਲੂੰਗੀ। ਹੁਣ ਤੁਸੀਂ ਸਾਨੂੰ ਇੰਨੀਆਂ ਸਫਾਈਆਂ ਨਾ ਦਿਓ, ਮੇਰੀ ਭਤੀਜੀ ਕਦੀ ਝੂਠ ਨਹੀਂ ਬੋਲਦੀ, ਉਹਨੇ ਜੋ ਕਿਹਾ ਸਾਨੂੰ ਸੱਚ ਆ। ਭਰਾ ਜੀ ਬਸ ਕਰੋ, ਤੁਹਾਡੀ ਭਤੀਜੀ 100% ਝੂਠ ਬੋਲ ਰਹੀ ਆ। ਫਿਰ ਤੁਸੀਂ ਦੱਸੋ ਮੈਨੂੰ ਵੀ ਉਸ ਦਿਨ ਤੁਹਾਡੀ ਗੱਲ ਕੀ ਹੋਈ ਹੈ, ਜੋ ਕੁੜੀ ਝੂਠ ਬੋਲਦੀ ਵੀ ਤੁਸੀਂ ਸੱਚ ਬੋਲ ਦੋ, ਕੀ ਗੱਲ ਕੀ ਹੋਈ ਸੀ ਤੁਹਾਡੀ? ਮੈਂ ਦੱਸਦਾ ਪ੍ਰਧਾਨ ਜੀ, ਇਹੋ ਜਿਹੀ ਕੋਈ ਗੱਲ ਉਸ ਦਿਨ ਹੋਈ ਹੋਈ ਨਹੀਂ, ਜੇ ਹੋਇਆ ਸੀ ਤਾਂ ਤੁਹਾਨੂੰ ਇੱਕ ਗੱਲ ਮੇਰੀ ਸਮਝ ਨਹੀਂ ਆਉਂਦੀ, ਮੈਂ ਤੁਹਾਨੂੰ ਪਹਿਲੇ ਕਹਿ ਰਹੀ ਮੈਂ ਆਪਣੀ ਮੰਮੀ ਵਾਲੀ ਦਵਾਈ ਲਿਆਣੀ ਹੈ, ਮੈਨੂੰ ਆਰਾਮ ਉਧਰੋਂ ਹੀ ਆਉਂਦਾ। ਦੇਖ ਪੁੱਤ ਚੰਗਾ ਥੋੜੀ ਲੱਗਦਾ, ਵਿਆਹ ਤੋਂ ਬਾਅਦ ਵੀ ਤੁਸੀਂ ਆਪਦੇ ਪੇਕਿਆਂ ਤੇ ਬੋਝ ਪਾਈ ਜਾਣ। ਭਾਬੀ ਇਹ ਤਾਂ ਵਹਿਮ ਹੁੰਦਾ ਆ ਵੀ ਆਪਾਂ ਨੂੰ ਉਸੇ ਡਾਕਟਰ ਦੀ ਦਵਾਈ ਲੱਗਦੀ ਆ ਤੇ ਉਹਦੇ ਤੋਂ ਹੀ ਆਪਾਂ ਨੂੰ ਆਰਾਮ ਆਉਂਦਾ ਆ, ਆਪਾਂ ਇੱਥੇ ਕਿਸੇ ਵਧੀਆ ਡਾਕਟਰ ਤੋਂ ਦਵਾਈ ਲੈ ਲੈਂਦੇ ਹਾਂ। ਮੈਂ ਤੁਹਾਨੂੰ ਇੱਕ ਵਾਰੀ ਇੱਕ ਚਾਰ ਵਾਰੀ ਕਹਿ ਚੁੱਕੀ ਹਾਂ, ਮੈਂ ਇੱਥੋਂ ਨਹੀਂ ਦਵਾਈ ਲੈਣੀ, ਨਾ ਮੈਨੂੰ ਆਰਾਮ ਆਉਣਾ, ਮੈਨੂੰ ਬੂਟੇ ਡਾਕਟਰ ਤੋਂ ਹੀ ਆਰਾਮ ਆਉਂਦਾ, ਜਾਣਾ ਤਾਂ ਮੈਂ ਆਪਣੇ ਪੇਕੇ ਹੀ ਜਾਣਾ। ਉਹ ਤੁਸੀਂ ਦੋਨੇ ਜਾਣੀਆਂ ਕਿਉਂ ਐਵੇਂ ਬਾਦ ਇਹਦੇ ਪੈ ਗਈਆਂ? ਜਦੋਂ ਇਹਨੇ ਕਹਿਤਾ ਨਾ ਵੀ ਆਪਦੇ ਪੇਕਿਆਂ ਦੇ ਡਾਕਟਰ ਤੋਂ ਇਹਨੂੰ ਆਰਾਮ ਆਉਂਦਾ, ਤਾਂ ਤੁਹਾਨੂੰ ਭੇਜਣ 'ਚ ਕੀ ਹਰਜਾ? ਦੱਸੋ ਜਿੱਥੇ ਇਹਦਾ ਮਨ ਖੁਸ਼ ਹੁੰਦਾ ਨਾ ਉੱਥੇ ਭੇਜ ਦਿਓ। ਦੇਖ ਪੁੱਤ ਤੂੰ ਵੀ ਸਮਝਣ ਦੀ ਕੋਸ਼ਿਸ਼ ਕਰ ਵੀ ਇਹ ਹੁਣ ਇੱਥੇ ਰਹਿੰਦੀ ਆ, ਇਹਦੀ ਮਾਂ ਕੀ ਸੋਚੂਗੀ ਵੀ ਜੇ ਬਿਮਾਰ ਹੋ ਗਈ ਤਾਂ ਇਹਨਾਂ ਨੇ ਪੇਕੇ ਦਵਾਈ ਲੈਣ ਭੇਜਦੀ, ਵੀ ਇਹ ਦਵਾਈ ਵੀ ਨੀ ਦਵਾ ਸਕਦੇ ਕੁੜੀ ਨੂੰ। ਮਾਤਾ ਡਰਾਮੇ ਨਾ ਕਰ, ਮੈਂ ਜਾਣਾ ਤੇ ਪੇਕੇ ਹੀ ਜਾਣਾ। ਪਾਲੀ ਤੂੰ ਵੀ ਆਪਦੇ ਦਿਮਾਗ ਨੂੰ ਸ਼ਾਂਤ ਕਰ ਤੇ ਸਮਝਣ ਦੀ ਕੋਸ਼ਿਸ਼ ਕਰ, ਆ ਬੇਬੇ ਤੇ ਭੈਣ ਜੋ ਕਹਿੰਦੀਆਂ ਨੇ ਕਹਿ ਤਾਂ ਠੀਕ ਹੀ ਰਹੀਆਂ ਨੇ ਨਾ, ਤੂੰ ਸਮਝੇ ਨਾ ਸਮਝੇ ਤੇਰੀ ਮੰਮੀ ਤਾਂ ਇਹੀ ਸੋਚੂ ਨਾ ਵੀ ਅਸੀਂ ਬਿਮਾਰ ਹੋਈ ਨੂੰ ਤੈਨੂੰ ਉੱਥੇ ਭੇਜਤਾ, ਇਸ ਕਰਕੇ ਆ ਪੇਕੇ ਜਾ ਕੇ ਦਵਾਈ ਲਿਆਉਣ ਦਾ ਨਾ ਖੇੜਾ ਤੂੰ ਛੱਡ, ਜਿੱਦ ਛੱਡ ਦੇ ਤੂੰ। ਤੂੰ ਕੌਣ ਆ ਮੈਨੂੰ ਰੋਕਣ ਵਾਲਾ?
ਜੇ ਮੈਨੂੰ ਰੋਕਣ ਦੀ ਕੋਸ਼ਿਸ਼ ਕੀਤੀ ਨਾ, ਮੈਂ ਇਹੋ ਜਿਹਾ ਕਲੰਕ ਲਾਊਂਗੀ ਨਾ, ਫੇਰ ਤੁਹਾਨੂੰ ਪਤਾ ਲੱਗੂਗਾ। ਇੱਧਰ ਉੱਧਰ ਕੀ ਦੇਖੀ ਜਾਂਦੇ ਹੋ, ਲੋਕਾਂ ਨਾ ਕਰ ਲਓ, ਮੈਂ ਤਾਂ ਚੱਲੀ ਪੇਕੇ ਨੂੰ। ਜੇ ਬਾਲੀ ਤੋਂ ਪਿਆਰ ਨਾ ਨਹੀਂ ਨਾ ਮੰਨੀ, ਫਿਰ ਤੈਨੂੰ ਗੁੱਸਾ ਦਿਖਾਉਣਾ ਪੈਣਾ। ਚੁੱਪ ਕਰਕੇ ਰੱਖ ਦਿਆ ਕਰ, ਤਾਂ ਮੈਂ ਤੈਨੂੰ ਦਵਾਈ ਦਵਾ ਕੇ ਲਿਆਉਂਦੀ ਹਾਂ। ਚੁੱਪ ਕਰ ਜਾ ਕੁੜੀਏ, ਤੁਸੀਂ ਏਦਾਂ ਨਹੀਂ ਮੰਨਣਾ, ਮੈਨੂੰ ਲੱਗਦਾ ਮੈਨੂੰ ਆਪਣਾ ਅਸਲੀ ਰੂਪ ਦਿਖਾਉਣਾ ਹੀ ਪੈਣਾ। ਕੀ ਅਸਲੀ ਰੂਪ ਦਿਖਾਵੇਂਗੀ ਤੂੰ? ਤੂੰ ਬੋਲਣ ਦੀ ਤਮੀਜ਼ ਵੀ ਭੁੱਲ ਗਈ, ਉਹ ਮਾਂ ਨਾਲ ਇੱਦਾਂ ਗੱਲ ਕਰੀਦੀ ਆ? ਕੀ ਬੜਾ ਕਰਤਾ ਤੈਨੂੰ, ਕੀ ਮਾੜਾ ਕਹਿਦਾ ਤੈਨੂੰ? ਮੈਨੂੰ ਵੀ ਦਿਖਾਉਣੀ ਹੁੰਦੀ ਨੇ ਤਾਰੇ। ਤੁਸੀਂ ਮੇਰੀ ਮੰਮੀ ਮੇਰੇ ਫੁੱਫੜ ਦੀ ਪਹੁੰਚ ਨੂੰ ਨਹੀਂ ਜਾਣਦੇ, ਹੁਣ ਦੇਖੋ ਤੜਾ ਅਸੀਂ ਕੀ ਹਾਲ ਕਰਦੇ। ਇਹ ਤਾਂ ਸੱਚੀ ਗੁੱਸੇ ਹੋ ਕੇ ਚਲੀ ਗਈ, ਐਵੇਂ ਨਿੱਕੀ ਜਿਹੀ ਗੱਲ ਇੰਨਾ ਵੱਧ ਜੀ, ਇਹ ਤਾਂ ਆਪਾਂ ਸੋਚਿਆ ਨਹੀਂ ਸੀ। ਗੱਲ ਤਾਂ ਆਹ ਹੋਈ ਸੀ ਤੇ ਇਹਨਾਂ ਨੇ ਬਾਤ ਦਾ ਪਤੰਗੜ ਬਣਾ ਕੇ ਆ ਕੀ ਤਮਾਸ਼ਾ ਜਿਹਾ ਬਣਾ ਕੇ ਸਾਡੇ ਘਰ ਦਾ ਜਲੂਸ ਕੱਢ ਕੇ ਧਰਤਾ। ਹੁਣ ਤੁਸੀਂ ਦੱਸੋ ਵੀ ਗੱਲ ਦੱਸੀ ਸੀ ਜੈ? ਅਸੀਂ ਤਾਂ ਦੇਖਣ ਗਏ ਕੁੜੀ ਨੂੰ ਚੁੰਨੀ ਚੜਾ ਕੇ ਲੈ ਆਏ ਸੀ, ਕਿਹੜੇ ਪੈਲਸਾਂ ਚ ਵਿਆਹ ਕੀਤੇ, ਕਿਹੜੀਆਂ ਇਹਨਾਂ ਨੇ ਮੁੰਦਕਾਂ ਪਾਈਆਂ ਨੇ। ਝੂਠ ਬੋਲਣ ਦੀ ਵੀ ਕੋਈ ਹੱਦ ਹੁੰਦੀ ਆ? ਦੱਸੋ ਕਿਹੜੀ ਗੱਡੀ ਮੰਗ ਲਈ ਤੇ ਕਦੋਂ ਮੰਗ ਲਈ? ਉਹ ਜਦੋਂ ਮੰਗਣ ਦਾ ਟਾਈਮ ਸੀ ਅਸੀਂ ਤਾਂ ਉਦੋਂ ਨੀ ਕੁਛ ਮੰਗਿਆ। ਉਹ ਸਾਨੂੰ ਵੀ ਤਾਂ ਇਹ ਪਤਾ ਵੀ ਜਿਹਨੇ ਆਪਣੀ ਧੀ ਦੇ ਦਿੱਤੀ ਉਹਨੇ ਸਭ ਕੁਝ ਦੇ ਦਿੱਤਾ। ਅਸੀਂ ਤੈਨੂੰ ਇਹ ਕਿਹਾ ਸੀ ਵੀ ਅਸੀਂ ਇੱਥੋਂ ਵਧੀਆ ਡਾਕਟਰ ਤੋਂ ਦਵਾਈ ਦਵਾ ਦਿੰਦੇ ਆ। ਪ੍ਰੇਨੀ ਤਾਂ ਆਪਦੇ ਪੇਕੇ ਜਾਣ ਦੀ ਰੱਟ ਫੜੀ ਸੀ, ਮੈਂ ਤਾਂ ਉੱਥੋਂ ਬੂਟੇ ਡਾਕਟਰ ਦੀ ਦਵਾਈ ਲੈ ਕੇ ਆਉਣੀ, ਮੈਨੂੰ ਤਾਂ ਉਹਦੀ ਦਵਾਈ ਲੱਗਦੀ ਆ। ਪ੍ਰਧਾਨ ਜੀ ਇਹਨਾਂ ਦੀਆਂ ਗੱਲਾਂ ਚ ਨਾ ਆਓ, ਇਹ ਤਾਂ ਗੱਲਾਂ ਚ ਜੱਗ ਜਿੱਤਣ ਵਾਲੇ ਨੇ। ਤੁਸੀਂ ਆਪਣੇ ਦੋਸਤ ਨੂੰ ਫੋਨ ਕਰੋ, ਇਹਨਾਂ ਨੂੰ ਸਾਰੇ ਟੱਬਰ ਨੂੰ ਅੰਦਰ ਕਰਾਓ। ਬਸ ਕਰੋ ਭੈਣ ਜੀ, ਬਸ ਕਰੋ। ਮੈਨੂੰ ਲੱਗ ਗਿਆ ਪਤਾ ਵੀ ਕੌਣ ਸੱਚ ਬੋਲਦਾ ਤੇ ਕੌਣ ਝੂਠ ਬੋਲਦਾ, ਕਿਹੜਾ ਸਹੀ ਹੈ ਤੇ ਕਿਹੜਾ ਗਲਤ ਹੈ। ਅਸੀਂ ਰੋਜ਼ ਹੀ ਇਹਨਾਂ ਕੰਮਾਂ ਦੇ ਵਿੱਚ ਬੈਠਦੇ ਹਾਂ। ਇਹ ਤੇ ਚੁੰਨੀ ਚੜਾਉਣ ਆਏ ਸੀ, ਵਿਚੋਲਾ ਤਾਂ ਮੈਂ ਹੀ ਸੀ ਨਾ ਵਿੱਚ, ਮੈਂ ਤੇ ਦੱਸ ਪਾਈ ਸੀ। ਉਹ ਚੁੰਨੀ ਚੜਾਉਣ ਆਏ ਵਿਚਾਰੇ ਉਹਨੂੰ ਲੈ ਗਏ ਵਿਆਹ ਕੇ, ਤੇ ਕਿਹੜੇ ਪੈਲਸ ਵਿਆਹ ਕੀਤਾ ਸੀ, ਮੈਂ ਉਦੋਂ ਕਿੱਥੇ ਸੀ ਫਿਰ? ਕਹਿੰਦਾ ਮਤਲਬ ਤੁਸੀਂ ਝੂਠ ਮਾਰਦੇ ਹੋ, ਤੁਸੀਂ ਆਪ ਖਰਾਬ ਹੋਣਾ, ਤੁਸੀਂ ਧੀ ਦੀ ਜ਼ਿੰਦਗੀ ਵੀ ਖਰਾਬ ਕਰੋਗੇ। ਪ੍ਰਧਾਨ ਜੀ ਮੈਂ ਤੁਹਾਨੂੰ ਦਿਲ ਦੀ ਗੱਲ ਸਾਰੀ ਦੱਸਦੀ ਹੈ, ਕੋਈ ਪੈਲਸ ਵਿਆਹ ਨਹੀਂ ਹੋਇਆ, ਕੋਈ ਇਹਨਾਂ ਮੁੰਦੀਆਂ ਮੰਦੀਆਂ ਨਹੀਂ ਪਾਈਆਂ, ਇਹ ਕੁੜੀ ਦੀ ਆਪਣੀ ਗਲਤੀ ਹੈ। ਇਹ ਗੱਲ ਹੁਣ ਬੁਲਾ ਬੁਲਾ ਕੇ ਹੋਰ ਪਾਸੇ ਨੂੰ ਕਰਦੇ ਹੈ, ਇਹ ਲੜਾਈ ਦਾ ਕਾਰਨ ਹੈ, ਲੜਾਈ ਵਿੱਚੋਂ ਕੁਛ ਵੀ ਨਹੀਂ। ਕੁੜੀਏ ਮੇਰੀ ਗੱਲ ਧਿਆਨ ਨਾਲ ਸੁਣ ਲਾ, ਇੰਨਾ ਚੰਗਾ ਸੰਯੋਗ ਭਾਗਾਂ ਨਾਲ ਜੁੜਦਾ ਵਾ, ਤੇਰੀ ਅਕਲ ਤੇ ਪੜਦਾ ਪਿਆ, ਤੂੰ ਆਪਣਾ ਸੁਭਾਅ ਬਦਲ, ਆਪਣੀ ਸੱਸ ਨੂੰ ਆਪਣੀ ਮਾਂ ਦਾ ਦਰਜਾ ਦੇ। ਇਹ ਘਰ ਇੱਦਾਂ ਨਹੀਂ ਬਸਦੇ ਹੁੰਦੇ, ਅੱਜ ਕੱਲ੍ਹ ਬੜਾ ਔਖਾ ਵਾ ਜ਼ਿੰਦਗੀ ਜੂਣੀ, ਤੂੰ ਮਿੰਟ 'ਚ ਉਹਨਾਂ ਦਾ ਜਲੂਸ ਕੱਢਣ ਫਿਰਦੀ ਹੈ ਮੁੰਡੇ ਵਾਲਿਆਂ ਦਾ। ਐਡਾ ਚੰਗਾ ਸਹੁਰਾ ਪਰਿਵਾਰ ਤੈਨੂੰ ਮਿਲਿਆ, ਆਪਣਾ ਘਰ ਸੰਜੋ ਕੇ ਰੱਖ ਦੇ, ਕਿੱਡਾ ਵੱਡਾ ਘਰ ਬਾਰ ਆ। ਪ੍ਰਧਾਨ ਜੀ ਮੇਰੀ ਤਾਂ ਗੱਲ ਸੁਣੋ ਤੁਸੀਂ। ਬਸ ਕਰੋ ਭੈਣ ਜੀ, ਬਸ ਕਰੋ, ਝੂਠ ਨਾ ਬੋਲੋ। ਤੁਸੀਂ ਕਿਉਂ ਆਪਣੀ ਧੀ ਦਾ ਹੱਸਦਾ ਵੱਸਦਾ ਘਰ ਉਜਾੜਨ ਤੇ ਤੁਲੇ ਹੋਏ ਹੋ? ਬਸਣ ਦਿਓ ਉਹਨੂੰ ਆਪਣੇ ਘਰ, ਤੁਸੀਂ ਆਪਣੇ ਘਰ ਰਾਜੀ ਰਹੋ। ਹੁਣ ਜੇ ਤਾਂ ਤੁਸੀਂ ਵਿਆਹ ਕੇ ਤੋੜ ਦਿੱਤੀ ਹੈ ਤਾਂ ਪੁੱਟਿਆ ਪਹਾੜ ਤੇ ਨਿਕਲਿਆ ਚੂਹਾ, ਧੀ ਦਿਲ ਵਾਲਾ ਦੁੱਖੜਾ ਨਹੀਂ ਕਿਸੇ ਨੂੰ ਸੁਣਾਈਦਾ, ਨਿੱਕੀ ਨਿੱਕੀ ਗੱਲ ਉੱਤੇ ਪੇਕੇ ਨਹੀਂ ਹੋ ਜਾਈਦਾ, ਦਿਲ ਵਾਲਾ ਦੁੱਖੜਾ ਨਹੀਂ। ਏਦਾਂ ਕਰ ਵਸਦੀ ਹੈ ਪ੍ਰਧਾਨ ਜੀ। ਕਿਉਂ ਦੇਖਿਆ ਨਾ, ਹੁੰਦਾ ਨਾ ਕਈ ਘਰਾਂ ਦੇ ਵਿੱਚ ਅਕਸਰ ਏਦਾਂ ਹੀ ਕਿ ਸਹੁਰਿਆਂ ਦਾ ਕਸੂਰ ਕੋਈ ਨਹੀਂ ਹੁੰਦਾ, ਕਸੂਰ ਪਰ ਹੁੰਦੀ ਆ ਨੂੰਹ ਜਾਂ ਉਹਦੀ ਮਾਂ, ਪਰ ਸਾਰੇ ਦਾ ਸਾਰਾ ਭਾਂਡਾ ਸਹੁਰਿਆਂ ਸਿਰ ਹੀ ਭੰਨ ਕੇ ਉਹਨਾਂ ਨੂੰ ਪੰਡਿਆ ਜਾਂਦਾ ਚੰਗੀ ਤਰ੍ਹਾਂ। ਤੁਸੀਂ ਸਾਨੂੰ ਕਮੈਂਟਸ ਕਰਕੇ ਜ਼ਰੂਰ ਦੱਸਿਓ ਕਿ ਤੁਸੀਂ ਸਾਡੀਆਂ ਇਹਨਾਂ ਗੱਲਾਂ ਨਾਲ ਸਹਿਮਤ ਹੋ, ਜਾਂ ਤੁਸੀਂ ਕੋਈ ਅਜਿਹੀ ਘਟਨਾ ਦੇਖੀ ਹੈ
ਜਾਂ ਹੰਡਾਈ ਆਪਣੇ ਤੇ ਕਮੈਂਟਸ ਕਰਕੇ ਤੁਸੀਂ ਆਪਣੀ ਰਾਏ ਸਾਨੂੰ ਜ਼ਰੂਰ ਦਿਓ।